ਸਤਿ ਸ਼੍ਰੀ ਅਕਾਲ, ਮੈਂ ਅੰਮ੍ਰਿਤ ਵਿਰਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਪੰਜਾਬ ਬੋਲਦਾ ਦੇ ਵਿੱਚ ਹਰ ਵਾਰ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ ਅਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਗੱਲ ਕਰਾਂਗੇ ਕਾਂਗਰਸ ਦੀ, ਕਾਂਗਰਸ ਦੀ ਜਿੱਤ ਦੀ ਜਿਹੜੀ ਹਾਸਿਲ ਕੀਤੀ ਆ। ਕਾਂਗਰਸ ਨੇ 3 ਸੂਬਿਆਂ ਦੇ ਵਿੱਚ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਵਿੱਚ ਬੀਜੇਪੀ ਦਾ ਕਿਲਾ ਢਾਹ ਦਿੱਤਾ ਹੈ ਅਤੇ ਰਾਹੁਲ ਗਾਂਧੀ ਦਾ ਕਹਿ ਲਈਏ ਜਾਂ ਫਿਰ ਕਾਂਗਰਸ ਦਾ ਜਾਦੂ ਕਹਿ ਲਈਏ ਕਿ ਚੱਲਿਆ ਕਿ ਜਿੱਥੇ ਬਨਵਾਸ ਵੀ ਸੀਗਾ ਕਈ ਸੂਬਿਆਂ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਉਹ ਵੀ ਖਤਮ ਹੋ ਗਿਆ ਕਾਂਗਰਸ ਦਾ। ਪਰ ਇਹ ਜਿਹੜੀਆਂ ਜਿੱਤ ਹੋਈ ਹੈ 3 ਸੂਬਿਆਂ ਦੀ, ਇਹ 2019 ਦੇ ਵਿੱਚ ਜਿਹੜੀ ਉਹ ਇਸੇ ਤਰ੍ਹਾਂ ਕਾਇਮ ਰਹੇਗੀ, ਕਿਉਂਕਿ ਦਾਅਵੇ ਕੀਤੇ ਜਾ ਰਹੇ ਨੇ ਕਿ ਅਗਲਾ ਪ੍ਰਧਾਨ ਮੰਤਰੀ ਜਿਹੜਾ ਉਹ ਰਾਹੁਲ ਗਾਂਧੀ ਹੋ ਸਕਦੇ ਨੇ, ਕਾਂਗਰਸ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ। ਪਰ ਹੁਣ ਕਿਤੇ ਨਾ ਕਿਤੇ ਬਦਲਾਵ ਜਿਹੜਾ ਉਹ ਲੋਕਾਂ 'ਚ ਵੀ ਆਉਣਾ ਸ਼ੁਰੂ ਹੋ ਗਿਆ, ਇਸੇ ਕਰਕੇ ਜਿਹੜਾ ਹੈ ਉਹ 3 ਸੂਬਿਆਂ ਦੇ ਵਿੱਚ ਸੱਤਾ ਪਰਿਵਰਤਨ ਜਿਹੜਾ ਉਹ ਕਰ ਦਿੱਤਾ ਗਿਆ ਹੈ। ਕੀ ਲੋਕ ਸੋਚਦੇ ਨੇ ਕਿ ਆਖਿਰਕਾਰ ਕੀ ਕਾਰਨ ਹੋਏ ਬੀਜੇਪੀ ਦੀ ਹਾਰ ਦੇ, ਕਾਂਗਰਸ ਦੀ ਜਿੱਤ ਦੇ, ਅਤੇ 2019 ਦੇ ਵਿੱਚ ਜਿਹੜੀ ਇਹ ਜਿੱਤ ਹੈ ਉਹ ਕੀ ਇਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ, ਜਾਂ ਫਿਰ ਜਿਹੜਾ ਹੈ 2019 ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਮੋਦੀ ਸਰਕਾਰ ਆਵੇਗੀ ਜਾਂ ਫਿਰ ਮੋਦੀ ਸਰਕਾਰ ਦਾ ਜਿਹੜਾ ਉਹ ਕਿਲਾ ਹੈ ਉਹ ਢਹਿ ਜਾਵੇਗਾ 2019 ਦੇ ਵਿੱਚ। ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕਿ ਉਹ ਕੀ ਸੋਚਦੇ ਨੇ ਕਿ ਇਸ ਜਿੱਤ ਦਾ ਕਾਰਨ ਕੀ ਹੈ ਅਤੇ 2019 ਦੇ ਵਿੱਚ ਇਸ ਜਿੱਤ ਦੇ ਮਾਇਨੇ ਕੀ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ, 3 ਸੂਬਿਆਂ ਦੇ ਵਿੱਚ ਕਾਂਗਰਸ ਨੇ ਜਿਹੜੀ ਹੈ ਉਹ ਕਲੀਨ ਸਵੀਪ ਜਿੱਤ ਹਾਸਲ ਕਰ ਲਈ ਹੈ, ਪਹਿਲਾਂ ਤਾਂ ਇਸ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਾਰਨ ਕੀ ਸਮਝਦੇ ਹੋ, ਪਿੱਛੇ ਕੌਣ ਇਸ ਜਿੱਤ ਦੇ? ਇਸ ਜਿੱਤ ਦੇ ਪਿੱਛੇ ਜੀ ਤਾਂ ਬੀਜੇਪੀ ਦੀ ਹੀ ਹਾਰ ਦਾ ਕਾਰਨ ਹੈ ਕਿ ਬੀਜੇਪੀ ਨੇ ਜਿਹੜੇ ਆਪਣੇ ਵਾਅਦੇ ਕੀਤੇ ਸੀ ਉਹ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ ਅਤੇ ਨਾ ਕੁਛ ਪੂਰੇ ਕੀਤੇ ਨੇ ਅਤੇ ਕੁਛ ਨਹੀਂ ਵੀ ਕੀਤੇ, ਇਸ ਕਰਕੇ ਲੋਕ ਬਦਲਾਵ 'ਚ ਫਿਰ ਕਾਂਗਰਸ ਨੂੰ ਵੋਟ ਕੀਤੀ ਹੈ। ਹਾਂਜੀ, ਅਤੇ ਇਹੀ ਕਾਰਨ ਹੋ ਸਕਦਾ ਹੈ ਵੀ ਕਾਂਗਰਸ ਨੂੰ ਵੋਟ ਪਈ ਹੈ ਜ਼ਿਆਦਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਦੋਵਾਂ 'ਚ ਵਿੱਚ ਕੀ ਵੱਡਾ ਅੰਤਰ ਜਿਹੜਾ ਤੁਹਾਨੂੰ ਲੱਗਦਾ? ਦੇਖੋ, ਜਿਹੜਾ ਮਨਮੋਹਨ ਸਿੰਘ ਅਤੇ ਮੋਦੀ ਜੀ ਦੇ ਵਿੱਚ ਤੁਸੀਂ ਡਿਫਰੈਂਸ ਪੁੱਛਦੇ ਆ, ਉਹ ਡਿਫਰੈਂਸ ਇਹ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਹ ਅਰਥਸ਼ਾਸਤਰੀ ਨੇ, ਉਹਨਾਂ ਨੂੰ ਇਕਨੋਮਿਕ ਬਾਰੇ ਬਹੁਤ ਜ਼ਿਆਦਾ ਗਿਆਨ ਹੈ ਅਤੇ ਉਹ ਦੇਸ਼ ਨੂੰ ਇਕਨੋਮਿਕ ਅੱਗੇ ਲੈ ਕੇ ਜਾ ਸਕਦੇ ਜੀ। ਪਰ ਮੋਦੀ ਜੀ ਨੇ ਇਕਨੋਮਿਕ ਨਹੀਂ ਇੰਨੀ ਸਮਝ ਸਕੇ, ਜਿਸ ਕਰਕੇ ਕੁਛ ਫੀਲਡ 'ਚ ਇੰਡੀਆ ਪਿੱਛੇ ਹੋ ਗਿਆ। ਅਤੇ ਕੀ ਲੱਗਦਾ ਕਿ ਜਿਹੜੀ ਇਹ 3 ਸੂਬਿਆਂ ਦੀ ਜਿੱਤ ਹੋਈ ਹੈ 2019 ਦੇ ਵਿੱਚ, ਕਾਂਗਰਸ ਦਾ ਤੁਸੀਂ ਕੀ ਹਾਲ ਦੇਖ ਰਹੇ ਹੋ ਅਤੇ ਬੀਜੇਪੀ ਦਾ ਕੀ ਹਾਲ ਦੇਖ ਰਹੇ ਹੋ? ਬੀਜੇਪੀ ਹੁਣ ਵੀ ਕੁਛ ਕਰ ਸਕਦੀ ਹੈ, ਅਤੇ 3-4 ਮਹੀਨੇ ਪਏ ਨੇ, ਜੇ ਕੁਛ ਸਟੈਂਡ ਲੈ ਸਕਦੇ ਹਾਂ ਤਾਂ ਉਹ ਕੁਛ ਕਰ ਸਕਦੇ ਨੇ, ਨਹੀਂ ਤਾਂ ਫਿਰ ਅੱਗੇ ਤਾਂ ਪਤਾ ਹੀ ਹੈ ਜੀ, ਫਿਰ ਕਾਂਗਰਸ ਨੇ ਹੀ ਆਉਣਾ ਹੈ, ਹੁਣ ਤਾਂ ਹੋਰ ਕੁਛ ਨਹੀਂ ਹੋਣਾ। ਬਿਲਕੁਲ, ਇਹਨਾਂ ਨੇ ਕਿਹਾ ਕਿ ਬੇਸ਼ੱਕ ਜਿਹੜਾ ਹੈ ਉਹ 4.5 ਸਾਲ ਦਾ ਸਮਾਂ ਜਿਹੜਾ ਬੀਤ ਗਿਆ, ਪਰ ਅਜੇ ਵੀ 6 ਮਹੀਨੇ ਦਾ ਸਮਾਂ ਜਿਹੜਾ ਬੀਜੇਪੀ ਦੇ ਕੋਲ ਹੈ, ਜੇਕਰ ਬੀਜੇਪੀ ਚਾਹੇ ਤਾਂ ਇਹਦਾ ਸਦਉਪਯੋਗ ਕਰ ਸਕਦੀ ਹੈ ਅਤੇ ਜੇਕਰ ਦੁਰਉਪਯੋਗ ਹੋਵੇਗਾ ਤਾਂ ਬੀਜੇਪੀ ਦਾ ਹਾਲ ਜਿਹੜਾ ਹੈ ਉਹ ਇਹਨਾਂ 3 ਸੂਬਿਆਂ ਵਰਗਾ ਹੋ ਸਕਦਾ ਹੈ 2019 ਦੇ ਵਿੱਚ। ਕੀ ਨਾਮ ਹੈ? ਅੰਕਿਤ ਸਿੰਘ ਵਿਸਟ। ਅੰਕਿਤ, ਇੱਕ ਯੰਗਸਟਰ ਹੋਣ ਦੇ ਨਾਤੇ ਕੀ ਮੰਨਦੇ ਹੋ ਕਿ 3 ਸੂਬਿਆਂ ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ ਜਿਹੜੀ, ਅਤੇ ਬੀਜੇਪੀ ਦੀ ਹਾਰ ਦਾ ਵੱਡਾ ਕਾਰਨ ਕੀ ਹੈ? ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ 15 ਸਾਲ ਤੋਂ ਬੀਜੇਪੀ ਜਿਹੜੀ ਆ ਉਹ ਰਾਜ ਕਰ ਰਹੀ ਸੀ, ਆਖਿਰਕਾਰ ਕੀ ਹੋ ਗਿਆ ਕਿ ਜਿਹੜਾ ਲੋਕਾਂ ਨੇ ਕਿਨਾਰੇ ਕਰ ਦਿੱਤਾ? ਮੈਡਮ ਦੇਖੀਏ, 3 ਸਟੇਟ ਥੇ, ਉਹ ਮੱਧ ਪ੍ਰਦੇਸ਼, ਛੱਤੀਸਗੜ੍ਹ ਔਰ ਰਾਜਸਥਾਨ। ਮੱਧ ਪ੍ਰਦੇਸ਼ ਮੈਂ ਤਾਂ ਮੈਡਮ ਇਹ ਸਭ ਬੜਾ ਕਾਰਨ ਥਾ ਜੋ ਵੀ ਰਿਜ਼ਰਵੇਸ਼ਨ ਕਾ ਥਾ, ਜੋ ਸੁਪਰੀਮ ਕੋਰਟ ਕਾ ਆਦੇਸ਼ ਆਇਆ ਥਾ, ਉਹ ਬੀਜੇਪੀ ਨੇ, ਬੀਜੇਪੀ ਗਵਰਨਮੈਂਟ ਬਹੁਮਤ ਮੇਂ, ਫਿਰ ਵੀ ਉਸਨੇ ਸਵਰਣੋਂ ਕੇ ਖਿਲਾਫ ਜੋ ਗਿਆ, ਤੋ ਮੱਧ ਪ੍ਰਦੇਸ਼ ਮੇਂ ਤੋ ਵੋ ਉਸਕੇ ਅਗੇਂਸਟ ਗਿਆ। ਔਰ ਰਾਜਸਥਾਨ ਮੇਂ ਹਮੇਸ਼ਾ ਐਸਾ ਹੀ ਰਹਤਾ, ਕਭੀ ਬੀਜੇਪੀ 5 ਸਾਲ ਬੀਜੇਪੀ, 5 ਸਾਲ ਕਾਂਗਰਸ, ਉਹ ਇਹ ਮੇਰਾ ਨੈਚੁਰਲ ਪ੍ਰੋਸੈਸ ਹੈ। ਔਰ ਛੱਤੀਸਗੜ੍ਹ ਮੇਂ ਵੀ ਹੈ ਕਿ 15 ਸਾਲ ਕੀ ਐਂਟੀ ਇਨਕੰਬੈਂਸੀ ਥੀ, ਤੋ ਮਤਲਬ ਇਹ ਹੋਣਾ ਹੀ ਥਾ, ਨੈਚੁਰਲੀ ਹੈ ਕਿ ਮਤਲਬ ਜੈਸਾ ਕਿ ਪਹਿਲੇ 2014 ਮੇਂ ਹੁਆ ਥਾ, ਕਾਂਗਰਸ ਕੇ ਪਾਸ ਇੱਕ ਤੋਂ 10 ਸਾਲ ਕਾ ਲੰਬਾ ਟੈਨੂਰ ਚਲਾ ਗਿਆ, ਔਰ ਉਨਕੇ ਪਾਸ ਐਸਾ ਕੋਈ ਨੇਤਾ ਨਹੀਂ ਹੈ ਜਿਸ ਕਾਰਨ ਉਹ ਸਟੈਂਡ ਕਰ ਪਾਏ, ਤੋ ਮਤਲਬ ਕੋਈ ਆਪਸ਼ਨ ਨਹੀਂ ਥਾ, ਤੋ ਇਸ ਲਈ ਬੀਜੇਪੀ ਸੱਤਾ ਮੇਂ ਆ ਗਈ। ਅਭੀ ਵੀ ਬੀਜੇਪੀ ਕੀ ਜੈਸੇ ਕੁਛ ਡਿਸੀਜ਼ਨ ਦੇ, GST ਥਾ, ਤੋ GST ਦੇਖੇ ਆਪਣੇ CAs ਐਸੇ ਬਿਠਾ ਰਖੇ ਹੈ, ਵੋ ਅਭੀ ਵੀ ਟੈਕਸ ਚੋਰੀ ਅਭੀ ਵੀ ਹੋਤੀ ਹੈ, ਤੋ ਪਹਿਲੇ ਗਵਰਨਮੈਂਟ ਕੇ ਇਸਕੇ ਉੱਪਰ ਲਗਾਮ ਲਗਾਨੀ ਪੜੇਗੀ। ਕੀ ਸਮਝਦੇ ਹੋ ਕਿ ਇਹ ਜਿਹੜੀ 3 ਸੂਬਿਆਂ ਦੀ ਜਿੱਤ ਹੋਈ ਹੈ ਅਤੇ ਬੀਜੇਪੀ ਦੀ ਜਿਹੜੀ ਹਾਰ ਹੋਈ ਹੈ 2019 ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ? ਮੈਡਮ ਦੇਖੀਏ, ਅਭੀ ਵੀ ਮੁਝੇ ਵੀ ਲਗਤਾ ਹੈ ਬੀਜੇਪੀ, ਜੈਸੇ ਭਾਈ ਸਾਹਿਬ ਨੇ ਕਿਹਾ ਕਿ ਬੀਜੇਪੀ ਅਭੀ ਵਾਪਸ ਆ ਸਕਤੀ ਹੈ, ਇਹ ਕੇਵਲ ਮਤਲਬ ਜੈਸੇ ਬੋਲਤੇ ਨਾ, ਇੱਕ ਤਰਫ ਸੇ ਫੈਡ ਅਪ ਥੀ ਜਨਤਾ 3 ਸਟੇਟ ਮੇਂ ਬੀਜੇਪੀ ਸੇ, ਇਸ ਲਈ। ਪਰ ਅਭੀ ਵੀ ਅਗਰ ਬੀਜੇਪੀ ਆਪਣੇ ਮੇਂ ਸੁਧਾਰ ਕਰੇਗੀ, ਤੋ ਐਸਾ ਨਹੀਂ ਹੈ ਕਿ ਰਾਹੁਲ ਗਾਂਧੀ PM ਬਣਨੇ ਵਾਲੇ ਹੈ, ਕਿਉਂਕਿ ਦੇਖੀਏ ਅਗਰ ਆਪ ਮੋਦੀ ਜਾਂ ਕਿਸੀ ਵੀ ਕਾਂਗਰਸ ਕਾ ਕੋਈ ਬਹੁਤ ਸੇ ਲੀਡਰ ਹੈ ਕਾਂਗਰਸ ਮੇਂ, ਜੋ ਵੋ ਕੱਦਾਵਰ ਨੇਤਾ ਹੈ, ਔਰ ਰਾਹੁਲ ਗਾਂਧੀ ਕੋ ਅਗਰ ਆਪ ਪ੍ਰਾਥਮਿਕਤਾ ਕੀ ਲਿਸਟ ਮੇਂ ਰਖੇਂਗੇ, ਤੋ ਰਾਹੁਲ ਗਾਂਧੀ ਅਗਰ ਸ਼ਾਇਦ 20ਵਾਂ ਨੰਬਰ ਆਏਗਾ ਕਾਂਗਰਸ ਮੇਂ ਇਤਨੇ ਦੇ,
बस उनकी अगर जो ये गांधीवादी पॉलिसी है या केवल एक परिवार से केवल यही हमारा लीडर होगा, इस कारण मुझे लगता है कांग्रेस पिछड़ रही है। अगर अपना वो नेता चेंज कर दें तो मुझे लगता है कि कांग्रेस वापसी कर सकती है। बिल्कुल जी, इन्हों ने भी कहा कि बीजेपी के कोल समय है, जेकर बीजेपी चाहे तो हासिल कर सकती है जित 2019 के, नाल ही जिहड़ा इन्होंने राहुल गांधी की जिहड़ी योग्यता के उपर भी ये सवाल चुके ने कि कांग्रेस के कोल, एक गल तो वैसे मनन वाली है कि कांग्रेस के कोल बहुत सारे दिग्गज आगू जिहड़े ने है जिन्हां नूं कांग्रेस अगे करे तो कांग्रेस जिहड़ा काफ़ी अच्छा चल सकती है। सत श्री अकाल जी। सत श्री अकाल जी। की नाम है? जोगिंदर सिंह। जोगिंदर सिंह जी, कांग्रेस जिहड़ी 3 सूबिआं दे विच जित हासिल की है ते केंद्र दे विच 2019 दीआं चोणां जिहड़ीआं ने बहुत थोड़ा समां रह गया, किस तरह देखदे हो इसां सारीआं चीज़ां नूं? मेरी मैडम थोड़ी जी सोच होर थोड़ी जी डिफरेंस है कि जिहड़ी राजस्थान की चोण है ये तो एक बार वो एक बार वो आते ही आते हैं, तो जिहड़ी मध्य प्रदेश की थोड़ा जिहा रिजर्वेशन का उत्थे होया असर। जिहड़ी गल हैगी बीजेपी की आपां नरेंद्र मोदी से कोई टिप्पणी करिए उहदे विच टिप्पणी गलत होवे, क्योंकि नरेंद्र मोदी की सोच जिवें बाहरले देशों के मुताबिक चलण की उन्हें कोशिश की है, लेकिन पार्टी के विच ही कुछ नेता होंगे जे थोड़े जे विचों खराब करने वाले होंगे, इस करके थोड़ा जा उन्हों का असर पिया, जिमें कि यूपी दे विच जोगी साहब दे बयान नाल थोड़ा जा असर जो बहुत पै गया, इस करके थोड़ा जा होया। लेकिन हाले भी मंत्रियों दे हाले भी 6 महीने है अप्रूवमेंट होने वास्ते, तो मोदी फिर भी दोबारा अप्रूवमेंट कर सकता है जे थोड़ा जा काम लोगों का हुण अगे अपने आप दे विच सुधार करके लगता है जो 4.5 साल नहीं हो सकिया 6 महीने हो जाएगा। वो किसान जे इतने धरने लगा के बैठे हुए हैं, नौजवान नौकरियां मांग रहे हैं, 15-15 लाख का वादा किया किसी के खाते च नहीं आया, कि लगता है कि 6 महीने सब कुछ हो जाएगा? वो तो बेटा ऐसी बात है, कांग्रेस भी 50-60 साल भी नहीं कर पाई, वो तो किसी नाल देश दे विच किसी ने सुधार इन्ना सुधार तो होया नहीं जिन्ना होना चाहिए सीगा, पर मैं लगता भी नरेंद्र मोदी ने कोशिश की है भी इस देश में जिमें GST ये लागू करनी ही पैनी सी, क्योंकि कनेडा अमेरिका के अज तो 20-20 साल 30-30 साल पहला दी हुई हुई है, तो GST दे विच थोड़ी जी काल की गई है, उसके विच कुछ सुधारन की लोड़ सी। नोटबंदी नूं किस तरह दा मूव दे भी नोटबंदी भी करनी तो बनती सी, लेकिन उसके विच भी काल हुई है, इस करके समां थोड़ा जिहा घट मिलिया। देश वड्डा सीगा, कईआं देशां दे विच होई आ, पर उह देश थोड़े जे छोटे सी, वो छेती इंप्रूवमेंट करके मैनेजमेंट सी, पर ये थोड़ी जी अन मानते हो तुसी जिवें गल कही कि योगी आदित्यनाथ के बयान हुण मानते हो कि बीजेपी के कई लीडर के बयान जिहड़े बेतुके हुंदे ने उह पार्टी ते भारी पैंदे ने? हाँ, पार्टी ते बिल्कुल भारी पैंदे, लोकां ते उसदा जिहड़ा उह बुरा असर पैंदा। ते हुण 2019 दे विच वैसे तुसी एक भारती होण दे नाते जेकर गल कीती जावे ते किहदे पक्ष दे विच खड़दे हो? असी उस हिसाब नाल तां असी नरेंद्र मोदी दे नाल ही खड़दे हां, क्योंकि इन्हां दीआं नीतियां काफ़ी हद तक ठीक रहियां, लेकिन मनमोहन सिंह भी अच्छे से ते उन्हां दी पार्टी जिहड़ी ओह नहीं चंगी। जेकर राहुल गांधी नूं तुसी देखो तां किस तरह मानदे हो कि ओह प्राइम मिनिस्टर दे उम्मीदवार बन सकदे ने? राहुल गांधी मैडम इस दे नाल योग्यता हाले उन्नी नहीं रखदा जिन्नी होनी चाहीदी, जो लीडर दे विच होनी चाहीदी ओह हाले उन्हां दे विच नहीं है। नहीं है। बहुत शुक्रिया। सो बिल्कुल ये लोग इन्हां दे नाल गलबात की, ये जिहड़े भारती सी ये जिहड़े पंजाबी सी इन्हां दे नाल गलबात की, बेशक जिहड़ा इन्हां ने कहा कि बीजेपी दीआं कुछ नीतियां जिहियां ने जिहड़ा बीजेपी दे खिलाफ लोग हो गए ने अपनी भड़ास कढ़न दे लोकां दे लई, जिहड़ा वख-वख सूबिआं च लोकां ने कांग्रेस नूं जिता दिता है, पर अजे भी जिहड़ा लोकां नूं लग रिहा है कि बीजेपी दे कोल जिहड़े 6 महीने आ, बीजेपी चाहे तो उस समय दा वधिया तरीके दे नाल इस्तेमाल कर सकती है तो दोबारा सत्ता दे विच आ सकती है, पर राहुल गांधी दी योग्यता नाली सवाल उठ रहे हैं कि प्राइम मिनिस्टर के लिए उम्मीदवार बनने के हजे काबिल नहीं ने राहुल गांधी। होर भी लोगों के गलबात करांगे, फिलहाल रुकते हैं एक छोटे जे ब्रेक के लिए। ब्रेक तो बाद एक बार फिर तुहाडा स्वागत है पंजाब बोलदा दे विच, ते पंजाब बोलदा दे विच अज गल हो रही है कांग्रेस ते बीजेपी दी। बेशक कांग्रेस ने 3 सूबिआं दे विच जित हासिल कर ली है, पर की ये जित बरकरार रहेगी 2019 दे विच? राहुल गांधी नूं जेकर प्रधानमंत्री दे उम्मीदवार दी गल आउंदी है तां बहुत सारे लोगों नाल पहलां जिन्हां दे नाल गलबात की है उन्होंने कहा है कि राहुल हजे उस काबिल नहीं ने, होर लोगों दे नाल गलबात करांगे कि ये की सोचते हैं। सत श्री अकाल जी। सत श्री अकाल। की नाम है? आकाश कपूर। आकाश कपूर जी, 3 सूबिआं की जित जी हुई है तो 2019 दे विच जी जित की उम्मीद कर रही है कांग्रेस, की लगता है ये सुभाविक जिहड़ा जित का उम्मीद करना यह हो पाएगा संभव? इट्स नॉट पॉसिबल एट ऑल। स्टेट के सबजैक्ट्स बिल्कुल डिफरेंट होंगे है, सेंटर के बिल्कुल डिफरेंट है, सेंटर के विच देश चलाना होंगे तो स्टेट चलानी है, सो इट हैज़ नो मीनिंग एट ऑल।
ਕਿ ਇਹਦਾ ਇੰਪੈਕਟ ਜਿਹੜਾ ਹੈ ਉਸ 'ਤੇ ਹੋਏਗਾ। ਬੀਜੇਪੀ ਦੀ ਜੇਕਰ ਗੱਲ ਕੀਤੀ ਜਾਵੇ, 4.5 ਸਾਲ ਜਿਹੜੇ ਬੀਜੇਪੀ ਦਾ ਨਿਕਲ ਗਿਆ, ਕੀ ਲੱਗਦਾ ਬੀਜੇਪੀ ਆਪਣੇ ਵਾਅਦੇ 'ਤੇ ਖਰੀ ਉਤਰੀ? ਐਕਸਲੈਂਟ ਵਰਕਿੰਗ, ਐਵਰੀ ਬੋਡੀ ਇਜ਼ ਹੈਪੀ, ਇੰਡੀਆ ਹੈਜ਼ ਗੋਟ ਸਮ ਇਮੇਜ ਇਨ ਦਾ ਵਰਲਡ, ਸੋ ਆਈ ਥਿੰਕ ਕੋਮਨ ਮੈਨ ਨੋਜ਼ ਇਟ। ਅਸੀਂ ਗੱਲ ਕਰੀਏ, ਇਹ ਵਾਅਦੇ ਕੀਤੇ ਗਏ ਸੀਗੇ 15-15 ਲੱਖ ਦੇ, ਕਿਸਾਨ ਅੱਜ ਧਰਨੇ ਲਗਾ ਰਹੇ ਨੇ, ਉੱਥੇ ਰਾਮਲੀਲਾ ਮੈਦਾਨ ਦੇ ਵਿੱਚ ਆਏ ਦਿਨ ਧਰਨੇ ਲੱਗ ਰਹੇ ਨੇ, ਇਹਨਾਂ ਦਾ ਕਾਰਨ ਕੀ ਹੈ ਫਿਰ? ਇਹ ਜਿਹੜੇ 15 ਲੱਖ ਵਾਲੀਆਂ ਗੱਲਾਂ ਹੈ ਨਾ ਜੀ, ਇਹ ਪੋਲੀਟੀਕਲ ਸਟੇਟਮੈਂਟਸ ਹੁੰਦੀਆਂ, ਇਹ ਕੋਈ ਵੀ ਦੇ ਦਿੰਦਾ, ਬਟ ਦੈਟ ਡਜ਼ਨਟ ਮੀਨ ਕਿ ਵੀ ਉਹ ਇੰਪਲੀਮੈਂਟ ਹੁੰਦੀਆਂ। ਤੁਸੀਂ ਮੰਨਦੇ ਹੋ ਕਿ ਉਸ ਟਾਈਮ 'ਤੇ ਜਿਹੜਾ ਹੈ ਉਹ ਸਟੇਟਮੈਂਟਸ ਦੇ ਦਿੱਤੀਆਂ ਜਾਂਦੀਆਂ ਨੇ? ਪੋਲੀਟੀਕਲ ਸਟੇਟਮੈਂਟਸ, ਠੀਕ ਹੈ, ਇਹਦਾ ਕੋਈ ਮੀਨਿੰਗ ਨਹੀਂ ਹੁੰਦਾ। ਇੱਦਾਂ ਤਾਂ ਰਾਹੁਲ ਗਾਂਧੀ ਵੀ ਪੰਜਾਬ ਵਾਅਦੇ ਕਰਦੇ, ਇਹ ਪਹਿਲੇ ਇਹਨਾਂ ਨੇ ਮੇਰੇ ਖਿਆਲ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਇਹ ਸਰਕਾਰ ਚੱਲੀ ਹੈ ਹੁਣ ਆ ਰਹੀ ਹੈ, ਇਹਨਾਂ ਨੇ ਕਿਹਾ ਸੀਗਾ ਕਿ ਵੀ ਅਸੀਂ 100% ਕਰਜ਼ੇ ਮਾਫ਼ ਕਰ ਦਾਂਗੇ ਫਾਰਮਰ ਦੇ। ਨੈਕਸਟ ਡੇ ਹੀ ਆ ਗਿਆ ਉਹਨਾਂ ਨੇ ਕਿ ਅਸੀਂ ਪੋਲਿਸੀ ਫਾਰਮੂਲੇਟ ਕਰਾਂਗੇ। ਦੀਜ਼ ਆਰ ਆਲ ਪੋਲੀਟੀਕਲ ਸਟੇਟਮੈਂਟਸ, ਔਰ ਹਰ ਕੋਈ ਪੋਲੀਟੀਸ਼ੀਅਨ ਦਿੰਦਾ ਹੁੰਦਾ। ਗੱਲ ਕੀਤੀ ਜਾਵੇ ਰਾਹੁਲ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਉਮੀਦਵਾਰ ਬਣਾਉਣ ਦੀ, ਤਾਂ ਕੀ ਸਮਝਦੇ ਹੋ ਕਿ ਰਾਹੁਲ ਇਸ ਕਾਬਿਲ ਹੈ? ਹੀ ਇਜ਼ ਨੋਟ ਮੈਚੁਰਡ ਅਨਫ ਟੂ ਬੀ ਏ ਪ੍ਰਾਈਮ ਮਿਨਿਸਟਰ, ਹਾਲੇ ਉਹਨੂੰ ਬੜਾ ਕੁਝ ਸਿੱਖਣ ਦੀ ਲੋੜ ਹੈ, ਠੀਕ ਹੈ। ਇੱਕ ਜਿਹੜਾ ਮੈਚੁਰਡ ਬੰਦਾ ਹੈ, ਆਲਰੇਡੀ ਪ੍ਰਾਈਮ ਮਿਨਿਸਟਰ ਹੈ, ਵੀ ਸ਼ੁਡ ਗਿਵ ਹਿਮ ਅ ਚਾਂਸ, ਅਨਦਰ ਟਰਮ। ਕੀ ਨਾਮ ਹੈ? ਮੇਰਾ ਨਾਮ ਐਸਐਸ ਚੀਮਾ। ਚੀਮਾ ਸਾਹਿਬ, ਇਹਨਾਂ ਨੇ ਤਾਂ ਕਹਿ ਦਿੱਤਾ ਕਿ ਜਿੱਦਾਂ ਬੀਜੇਪੀ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਮੌਕਾ ਦਿੱਤਾ ਜਾਣਾ ਚਾਹੀਦਾ 5 ਸਾਲ ਦੇ ਲਈ, ਪਰ ਤੁਸੀਂ ਕੀ ਸਮਝਦੇ ਹੋ ਕਿ 4.5 ਸਾਲਾਂ 'ਚ ਬੀਜੇਪੀ ਨੇ ਕੁਛ ਕਰਕੇ ਦਿਖਾਇਆ ਕਿ ਜਿਹੜਾ ਦੁਬਾਰਾ ਮੌਕਾ? ਬੀਜੇਪੀ ਨੇ 4.5 ਸਾਲ 'ਚ ਕੁਛ ਨਹੀਂ ਕਰਕੇ ਦਿਖਾਇਆ, ਸਿਰਫ ਗੱਲਾਂ ਕੀਤੀਆਂ ਨੇ। ਜਾਂ ਪੋਲੀਟੀਸ਼ੀਅਨ ਜਿਹੜੇ ਜੋ ਪੋਲੀਟਿਕਸ ਨੇ ਖੇਡੀ, ਬਹੁਤ ਗੰਦੀ ਖੇਡੀ ਹੈ, ਉਹ ਪਬਲਿਕ ਦੇ ਵਿੱਚ ਲਿਆਉਣ ਵਾਲੀ ਹੈ ਹੀ ਨਹੀਂ ਜੋ ਮੁੱਦੇ ਉਹਨਾਂ ਲੈ ਕੇ ਆਏ ਨੇ, ਔਰ ਜੋ ਉਹ ਕਰਦੇ ਰਹੇ ਨੇ ਪਰਸਨਲ, ਮਤਲਬ ਗਰਾਜ ਨਾਲ ਚੱਲਦੇ ਰਹੇ ਨੇ, ਨਾ ਕਿ ਕੋਈ ਉਹਨਾਂ ਨੇ ਕੋਈ ਹੋਰ ਕੰਮ ਕੀਤਾ। ਉਹਨਾਂ ਨੇ ਡਿਮੋਨਟੇਸ਼ਨ ਕਰਕੇ ਜਨਤਾ ਦਾ ਬੁਰਾ ਹਾਲ ਕਰਤਾ, GST ਉਹਨਾਂ ਨੇ ਪ੍ਰੋਪਰ ਲਾਗੂ ਨਹੀਂ ਕਰ ਪਾਏ, ਉਹਦੇ ਨਾਲ ਛੋਟੇ ਸਾਰੇ ਜਿਵੇਂ ਬਿਜ਼ਨਸ ਸੀ ਉਹ ਬੰਦ ਹੋ ਗਏ ਆ, ਫਾਰਮਰ ਦਾ ਬਹੁਤ ਮਾੜਾ ਹਾਲ ਹੋ ਗਿਆ, ਇਸ ਤਰ੍ਹਾਂ ਬਹੁਤ ਸਾਰੇ। ਫਿਰ ਤੁਹਾਡੇ ਅਨਇੰਪਲੋਇਮੈਂਟ ਕਿੰਨੀ ਹੋ ਗਈ ਹੈ, ਕੋਈ ਉਹਨਾਂ ਨੇ ਇੰਪਲੋਇਮੈਂਟ ਦਾ ਕੋਈ ਰੀਜ਼ਨ ਨਹੀਂ ਦਿੱਤਾ, ਉਹ ਸਿਰਫ ਰਾਜਨੀਤੀ ਕਰ ਰਹੇ ਆ ਆਪਣੇ ਰਿਲੀਜਨ ਦੀ, ਜਾਂ ਹੋਰ ਇਹੋ ਜਿਹੀਆਂ ਰਾਜ, ਮਤਲਬ ਗੰਦੀ ਰਾਜਨੀਤੀ ਚੱਲ ਰਹੀ ਹੈ। ਤੁਸੀਂ ਗੱਲ ਕੀਤੀ ਨੋਟਬੰਦੀ ਦੀ, GST ਦੀ, ਮੰਨਦੇ ਹੋ ਕਿ ਇਹ ਜਲਦਬਾਜ਼ੀ 'ਚ ਲਏ ਹੋਏ ਫੈਸਲੇ ਬਿਨਾਂ ਚੰਗੀ ਤਰ੍ਹਾਂ ਨੀਤੀਆਂ ਬਣਾਏ? ਇਹ ਸਿਰਫ ਕ੍ਰੈਡਿਟ ਲੈਣ ਵਾਸਤੇ ਉਹਨਾਂ ਨੇ ਉਸ ਵੇਲੇ ਨੋਟਬੰਦੀ ਕੀਤੀ, ਜਿਹਦੇ ਨਾਲ ਉਹਨਾਂ ਨੇ ਦੇਖੇ ਨਹੀਂ ਕਿ ਇਹਦਾ ਇਫੈਕਟ ਕੀ ਹੋ ਰਿਹਾ। ਬੀਇੰਗ ਇਕੋਨੋਮਿਸਟ, ਮੈਨੂੰ ਇਹ ਪਤਾ ਕਿ ਜਿੰਨਾ ਨੁਕਸਾਨ ਉਸ ਵੇਲੇ ਹੋਇਆ, ਉਹ 3 ਸਾਲ ਸੀ ਇੰਡੀਆ ਦੇ ਰਿਵਾਈਵ ਕਰਨ ਦੇ, ਤਿੰਨਾਂ 'ਚੋਂ 2 ਸਾਲ ਨੋਟਬੰਦੀਆਂ ਖਤਮ ਕਰਤੇ, ਚੌਥਾ ਉਹ ਜਿਹੜੇ ਤੀਜਾ ਲਾਸਟ ਆਲ ਆਇਆ ਉਹ ਡਾਊਨ ਟ੍ਰੈਂਡ ਚੱਲਿਆ ਪਿਆ, ਡਿਪ ਆ ਗਿਆ, ਤਾਂ ਇਹਨਾਂ ਨੂੰ ਫਿਰ ਪ੍ਰੋਬਲਮ ਆ ਗਈ ਇਕੋਨਮੀ ਸਾਡੀ। ਹੋਰ ਗੱਲ ਤੁਸੀਂ ਬੜੀ ਵਧੀਆ ਕੀਤੀ ਕਿ ਧਰਮ ਦੀ ਰਾਜਨੀਤੀ ਕੀਤੀ, ਔਰ ਹਜੇ ਤੱਕ ਜਿਹੜੀ ਆ ਧਰਮ ਦੀ ਰਾਜਨੀਤੀ ਹੁੰਦੀ ਆ। ਇਹ ਸਿਰਫ ਧਰਮ ਦੀ ਰਾਜਨੀਤੀ ਉੱਤੇ ਚੱਲ ਰਿਹਾ, ਨਾ ਕੋਈ ਧਰਮ, ਇਹ ਕਦੇ ਗਾਏ ਦੀ ਰਾਜਨੀਤੀ ਕਰਦੇ ਨੇ, ਗਊਆਂ ਮਰ ਰਹੀਆਂ ਨੇ, ਜਿੰਨੀਆਂ ਗਊਆਂ ਇਹਨਾਂ ਨੇ ਆਪਣੀਆਂ ਇਕੱਠੀਆਂ ਕਰਕੇ ਮਾਰੀਆਂ ਨੇ ਨਾ, ਉਨੀ ਗਊ ਬਾਹਰ ਨਹੀਂ ਮਰੀ, ਉਹ ਜਿੰਨੀਆਂ ਗਊਆਂ ਇਹਨਾਂ ਨੇ ਆਪਣੇ ਗਊਸ਼ਾਲੇ ਵਿੱਚ ਮਰ ਰਹੀਆਂ ਨੇ ਨਾ, ਕੋਈ ਜਾ ਕੇ ਉਹਦਾ ਕੋਈ ਐਨਾਲਿਸਿਸ ਕਰ ਲਏ ਤਾਂ ਮੇਰੇ ਖਿਆਲ ਇੰਨਾ ਪਾਪ ਕਿਤੇ ਨਹੀਂ ਹੋ ਰਿਹਾ। ਰਾਮ ਮੰਦਿਰ, ਬਾਬਰੀ ਮਸਜਿਦ, ਇਹਨਾਂ ਦੇ ਉੱਪਰ ਬਾਬਰੀ, ਮਤਲਬ ਇਹਨਾਂ ਨੇ ਕੋਈ ਹੋਰ ਗੱਲ ਕੀਤੀ ਹੋਈ ਨਹੀਂ ਹੈਗੀ, ਅਤੇ ਇੱਕ ਉਹਨਾਂ ਦੀ ਗੱਲ ਇਹ ਹੈ ਕਿ ਉਹ, ਮਤਲਬ ਇਹ ਪਰਸਨਲ ਵੈਂਡਰ ਦਾ ਚੱਲ ਰਿਹਾ, ਮਤਲਬ ਜਿਹਨੇ ਤੁਸੀਂ ਕਰੋ ਡਿਵੈਲਪਮੈਂਟ ਦੀ ਗੱਲ, ਤੁਸੀਂ ਕਰਦੇ ਹੋ ਜੀ ਇੱਕ ਫੈਮਿਲੀ ਦੀ ਗੱਲ, ਦੂਜੀ ਫੈਮਿਲੀ ਦੀ ਗੱਲ, ਉਹਨਾਂ ਫੈਮਿਲੀ ਤੋਂ ਕੀ ਲੈਣਾ ਤੁਸੀਂ? ਤੁਸੀਂ ਡਿਵੈਲਪਮੈਂਟ ਕਰੋ, ਲੋਕ ਤੁਹਾਡੇ ਪਿੱਛੇ ਆ ਜਾਣਗੇ, ਨਹੀਂ ਲੋਕ ਤੁਹਾਡੇ ਪਿੱਛੇ ਕਿਸੇ ਦੇ ਪਿੱਛੇ ਨਹੀਂ ਜਾਣਗੇ। ਬੀਜੇਪੀ ਦਾ ਤੁਸੀਂ ਦੱਸ ਦਿੱਤਾ, ਹੁਣ ਕਾਂਗਰਸ ਬਾਰੇ ਕੀ ਸੋਚਦੇ? ਕਾਂਗਰਸ ਦੇਖੋ, ਜਿੰਨੀ ਕਾਂਗਰਸ ਨੇ ਪਹਿਲਾਂ 10 ਸਾਲ 'ਚ ਕੀਤਾ ਸੀ, ਅੱਛੀ ਪੋਲਿਸੀ ਚਲਾਈਆਂ, ਸੇਮ ਪੋਲਿਸੀ ਲੈ ਰਹੇ ਨੇ, ਇਹਨੇ ਕੋਈ ਨਵੀਂ ਪੋਲਿਸੀ ਨਹੀਂ ਲੈਂਦੀ, ਸਿਰਫ ਉਹਨਾਂ ਨਾਂ ਦਿੱਤੇ ਜਾ ਰਹੇ ਨੇ। ਅੱਗੇ ਜੋ ਵੀ ਡਿਵੈਲਪਮੈਂਟ ਹੋਏਗੀ, ਜੋ ਹੋਏਗਾ, ਤਾਂ ਮੇਰਾ ਖਿਆਲ ਹੈ ਕਿ ਹੁਣ ਇਸ ਨਾਲੋਂ ਅੱਗੇ ਹੋਰ ਵੀ ਜ਼ਿਆਦਾ ਸਿਆਣੇ ਹੋ ਕੇ ਚੱਲਣਗੇ। ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਕਿਸ ਤਰ੍ਹਾਂ ਦੇਖਦੇ? ਬਿਲਕੁਲ ਆਏਗਾ, ਕਿਉਂਕਿ ਉਹ ਕਾਫੀ ਮੈਚਿਓਰ ਹੋ ਚੁੱਕਿਆ ਹੁਣ। ਇਹ ਬਿਲਕੁਲ, ਇਹਨਾਂ ਦੋਨਾਂ ਦੇ ਵਿਚਾਰ ਵੱਖ ਵੱਖ ਰਹੇ, ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ, ਇਹਨਾਂ ਨੇ ਦੇਖਿਆ ਅਸੀਂ ਕਿ ਜਿਹੜਾ 2 ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਨੇ, ਇਹਨਾਂ ਨੇ ਕਹਿ ਦਿੱਤਾ ਕਿ BJP ਜਿਹੜੀ ਹੈ ਉਹ ਬਹੁਤ ਚੰਗੇ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ, ਅਤੇ BJP ਜਿਹੜਾ ਦੁਬਾਰਾ ਮੌਕਾ ਦਿੱਤਾ ਜਾਣਾ ਚਾਹੀਦਾ। ਪਰ ਇੱਧਰ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ BJP ਨੇ ਆਪਣੇ 4.5 ਸਾਲਾਂ ਦੇ ਵਿੱਚ ਧਰਮ ਦੀ ਰਾਜਨੀਤੀ ਤੋਂ ਇਲਾਵਾ ਜਿਹੜਾ ਉਹ ਹੋਰ ਕੁਝ ਵੀ ਨਹੀਂ ਕੀਤਾ। ਅਤੇ ਜੇਕਰ ਧਰਮ ਦੀ ਰਾਜਨੀਤੀ ਦੀ ਗੱਲ ਆਉਂਦੀ ਹੈ ਤਾਂ BJP ਦੇ ਆਪਣੇ ਆਗੂਆਂ ਨੇ ਵੀ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਡੇ ਕੋਲੋਂ ਨਾਮ ਬਦਲਣ ਦੇ ਵਾਸਤੇ ਅਤੇ ਧਰਮ ਦੀ ਰਾਜਨੀਤੀ ਕਰਨ ਵਾਸਤੇ ਹੀ ਜਿਹੜਾ ਵਧੇਰੇ ਸਮਾਂ ਲੱਗ ਗਿਆ, ਇਸੇ ਕਰਕੇ ਸਾਡੀ ਹਾਰ ਦਾ ਕਾਰਨ ਵੀ ਕਿਤੇ ਨਾ ਕਿਤੇ ਜਿਹੜਾ ਉਹ ਬਣਿਆ ਹੈ। ਪਰ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਉਹ ਕੀ ਸੋਚਦੇ ਨੇ ਇਹਨਾਂ 3 ਸੂਬਿਆਂ ਦੀ ਜਿੱਤ ਨੂੰ 2019 ਦੇ ਨਾਲ ਦੇਖਦੇ ਹੋਏ।
ਸੋ 2019 ਦੀਆਂ ਚੋਣਾਂ ਅਤੇ ਜਿਹੜੇ 3 ਸੂਬਿਆਂ ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ, ਇਹਦੇ ਨਾਲ ਜਿਹੜਾ ਉਹ ਕਿਸ ਤਰ੍ਹਾਂ ਦਾ ਕਨੈਕਸ਼ਨ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਫੀਮੇਲਸ ਦੇ ਨਾਲ ਜਿਹੜਾ ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਦਾ ਪੁਆਇੰਟ ਆਫ ਵਿਊ ਵੀ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਬੇਸ਼ੱਕ ਦੇਸ਼ ਤਾਂ ਜਿਹੜਾ ਚਲਾਉਂਦੇ ਨੇ ਪਰ ਘਰਾਂ ਨੂੰ ਤਾਂ ਇਹੀ ਚਲਾਉਂਦੀਆਂ ਨੇ। ਕੀ ਨਾਮ ਹੈ ਮੈਮ? ਵਰਿੰਦਰ। ਵਰਿੰਦਰ ਜੀ, 3 ਸੂਬਿਆਂ ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ ਅਤੇ ਜੇਕਰ ਇਸ ਜਿੱਤ ਨੂੰ 2019 ਦੇ ਨਾਲ ਜੋੜ ਕੇ ਦੇਖਿਆ ਜਾਵੇ, ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਬਦਲਾਵ 3 ਸੂਬਿਆਂ 'ਚ ਆਇਆ ਹੈ, ਉਹ ਹੁਣ ਕੇਂਦਰ ਦੀ ਸੱਤਾ 'ਚ ਵੀ ਬਦਲਾਵ ਆਵੇਗਾ? ਹੋ ਸਕਦਾ ਹੈ, ਲੇਕਿਨ ਕੋਈ ਜ਼ਰੂਰੀ ਨਹੀਂ ਹੈ। ਲੇਕਿਨ ਅਸੀਂ ਉਮੀਦ ਕਰਦੇ ਹਾਂ ਕਿ ਕਾਂਗਰਸ ਆਵੇ, ਕਿਉਂਕਿ ਅਸੀਂ BJP ਦੀਆਂ ਐਕਟੀਵਿਟੀਜ਼ ਦੇਖ ਲਿੱਤੀਆਂ ਨੇ ਅਤੇ ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਆਵੇ। ਅਤੇ ਇਹ BJP ਦੀ ਹਾਰ ਹੈ, ਕਾਂਗਰਸ ਦੀ ਜਿੱਤ ਨਹੀਂ ਗੀ, ਕਿਉਂਕਿ BJP ਦੀਆਂ ਜਿਹੜੀਆਂ ਐਕਟੀਵਿਟੀ ਸੀਗੀਆਂ ਜਾਂ ਜਿਹੜੀਆਂ ਉਹਨਾਂ ਦੀਆਂ ਪਰਸੈਪਸ਼ਨ ਸੀਗਾ, ਜਿਹੜਾ ਉਹਨਾਂ ਦਾ ਮੁੱਦਾ ਸੀਗਾ, ਉਹ ਸਾਰਿਆਂ ਮੁੱਦਿਆਂ 'ਚ ਫੇਲ ਹੋ ਚੁੱਕੇ ਨੇ। ਇਸ ਕਰਕੇ ਉਹ ਫੇਲ ਹੋਣ ਕਰਕੇ ਇਹ ਦੋਨਾਂ 'ਚੋਂ ਇੱਕ ਨੇ ਤਾਂ ਜਿੱਤਾਂ ਹੀ ਆ, ਇਸ ਕਰਕੇ ਓਪੋਜ਼ਿਟ ਜਿੱਤ ਗਿਆ। ਜਿਹੜੀ ਨੀਤੀਆਂ ਦਾ ਉਹ ਭਾਰੀ ਪੈਣਾ ਕਾਂਗਰਸ ਲਈ ਚੰਗਾ ਸਾਬਿਤ ਹੋ ਗਿਆ, ਉਹ ਅੱਗੇ ਨੂੰ ਵੀ ਅਗਰ ਉਹ ਇਸ ਦੇ ਵਿੱਚ ਕੋਈ ਸੁਧਾਰ ਨਹੀਂ ਲਿਆਉਣਗੇ ਤਾਂ ਉਹ ਡਾਊਨ ਹੀ ਜਾਣਗੇ, ਫਿਰ ਕਾਂਗਰਸ ਨੂੰ ਹੀ ਫਾਇਦਾ ਹੋਏਗਾ ਬਾਕੀ ਸਟੇਟਾਂ ਦੇ ਵਿੱਚ ਵੀ। ਬਹੁਤ ਬਹੁਤ ਸ਼ੁਕਰੀਆ। ਅਤੇ ਗੱਲ ਜਦੋਂ ਰਾਹੁਲ ਗਾਂਧੀ ਦੀ ਆਉਂਦੀ ਹੈ, ਕੀ ਲੱਗਦਾ ਹੈ ਕਿ ਰਾਹੁਲ ਗਾਂਧੀ ਹੁਣ ਇੰਨੇ ਕੁ ਮੈਚਿਓਰ ਹੋ ਗਏ ਨੇ ਕਿ ਇੱਕ ਦੇਸ਼ ਨੂੰ ਸੰਭਾਲ ਸਕਦੇ ਨੇ ਪ੍ਰਧਾਨ ਮੰਤਰੀ ਵਜੋਂ? ਜ਼ਰੂਰ ਜ਼ਰੂਰ ਸੰਭਾਲ ਸਕਦੇ ਨੇ, ਕਿਉਂਕਿ ਹੁਣ ਬਹੁਤ ਮੈਚਿਓਰ ਹੋ ਚੁੱਕੇ ਨੇ, ਕਿਉਂਕਿ ਜਿੰਨਾ ਉਹਨਾਂ ਨੇ ਕੰਮ ਕੀਤਾ ਉਹਦੇ ਹਿਸਾਬ ਦੇ ਨਾਲ ਉਹ ਬਹੁਤ ਮੈਚਿਓਰ ਹੋ ਚੁੱਕੇ ਨੇ ਅਤੇ ਉਹ ਦੇਸ਼ ਨੂੰ ਸੰਭਾਲ ਸਕਦੇ ਨੇ, ਈਜ਼ੀਲੀ ਸੰਭਾਲ ਸਕਦੇ ਨੇ। ਜਿਹੜੇ ਲੋਕ ਕਹਿ ਰਹੇ ਨੇ ਕਿ ਨਹੀਂ ਰਾਹੁਲ ਗਾਂਧੀ ਹਜੇ ਨਹੀਂ ਸੰਭਾਲ ਸਕਦੇ, ਕੀ ਲੱਗਦਾ ਕਿ ਉਹ ਸਿਰਫ ਵਿਰੋਧ ਬੋਲ ਰਿਹਾ? ਯੈਸ, ਉਹ ਆਪੋਜੀਸ਼ਨ ਵਾਲੇ ਬੋਲ ਰਹੇ ਹੈ, ਉਹ ਵਿਰੋਧ ਬੋਲ ਰਿਹਾ। ਤੁਸੀਂ ਯਾਨੀ ਕਿ ਚਾਹੁੰਦੇ ਹੋ ਕਿ 2019 ਦੇ ਵਿੱਚ ਬਦਲਾਵ ਆਵੇ? ਯੈਸ, ਜ਼ਰੂਰ ਆਵੇ, ਜ਼ਰੂਰ ਆਵੇ, ਬਦਲਾਅ ਆਉਣਾ ਚਾਹੀਦਾ, ਕਾਂਗਰਸ ਆਉਣੀ ਚਾਹੀਦੀ ਹੈ। ਅਤੇ ਕੀ ਲੱਗਦਾ ਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ BJP ਨੇ ਵਾਅਦਾ ਕੀਤਾ ਸੀ ਜੋ 2014 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਸੌਂ ਚੁੱਕੀ ਸੀ, ਉਹ ਵਾਅਦੇ ਪੂਰੇ ਕੀਤੇ ਗਏ ਨਹੀਂ, ਜਾਂ ਫਿਰ BJP ਸਿਰਫ ਧਰਮ ਦੀ ਰਾਜਨੀਤੀ ਕਰਨ ਦੀ ਰਹਿ ਗਈ? BJP ਸਿਰਫ ਧਰਮ ਦੀ ਹੀ ਰਾਜਨੀਤੀ ਕਰਦੀ ਹੈ, ਉਹ ਆਈ ਵੀ ਪਹਿਲਾਂ ਇਸੇ ਲਈ ਸੀ, ਹੁਣ ਉਦੋਂ ਵੀ ਪਹਿਲਾਂ ਕੀਤਾ, ਹੁਣ ਵੀ ਅੱਗੇ ਤੋਂ ਵੀ ਇਹੀ ਕਰ ਰਹੀ ਆ, ਲੇਕਿਨ ਉਹ ਇਸ ਵੇਲੇ ਉਹ ਕਾਮਯਾਬ ਨਹੀਂ ਹੋ ਸਕੀ, ਕਿਉਂਕਿ ਜਿਸ ਇੱਕ ਨੌਜਵਾਨ ਨੂੰ, ਇੱਕ ਜਾਂ ਫਾਰਮਰ ਨੂੰ ਜਾਂ ਇੱਕ ਦੂਸਰੇ ਵਰਕਰ ਨੂੰ, ਜਿਹੜੇ ਅੱਜ ਨਹੀਂ ਵਰਕਰ ਇੱਥੇ ਫਿਰਦੇ ਨੇ, ਇਹਨਾਂ ਨੂੰ ਕੀ ਚਾਹੀਦਾ? ਇਹ ਮੰਦਰ ਥੋੜ੍ਹਾ ਜਾ ਰਹੇ ਨੇ, ਇਹਨਾਂ ਤਾਂ ਕਮਾਈ ਚਾਹੀਦੀ ਆ, ਥੋੜ੍ਹਾ ਰੁਜ਼ਗਾਰ ਚਾਹੀਦਾ ਹੈ, ਜੇ ਇਹਨਾਂ ਨੂੰ ਰੁਜ਼ਗਾਰ ਮਿਲ ਜੂਗਾ ਤਾਂ ਉਸ ਪਾਰਟੀ ਨੂੰ ਵੋਟ, ਲੇਕਿਨ ਇਹ ਰੁਜ਼ਗਾਰ ਦੇਣ ਦਾ ਇਹਨਾਂ ਨੂੰ ਮਿਲ ਨਹੀਂ ਰਿਹਾ, ਸਗੋਂ ਇਹਨਾਂ ਦੇ ਤੋਂ ਲੁੱਟਮਾਰ ਹੋ ਰਹੀ ਹੈ। ਇਸ ਕਰਕੇ BJP ਦੀਆਂ ਜਿਹੜੀਆਂ ਪੋਲਿਸੀ ਜਿਸ ਵਾਅਦੇ ਸੀਗੇ ਉਹ ਪੂਰੀਆਂ 'ਚ ਫੇਲ ਹੋਏ ਨੇ, ਉਹ ਜਿਹੜੇ ਮੰਦਰ ਜਾਂ ਕਾਸਟ ਜਾਂ ਰੈਗੂਲਰਾਈਜੇਸ਼ਨ ਜਾਂ ਕਿਸੇ ਹੋਰ ਵੀ ਰਿਲੇਟਡ ਧਰਮ ਦੇ ਨਾਲ ਰਿਲੇਟਡ ਹੈ, ਉਹਦੇ ਵਿੱਚ ਹੀ ਮੁੱਦਿਆਂ ਵਿੱਚ ਉਹ ਫਸੇ ਰਹਿ ਗਏ, ਜੇ ਉਹਨਾਂ ਨੂੰ ਉਹ ਨਹੀਂ ਛੱਡਣਗੇ ਤਾਂ ਉਹਨਾਂ ਦਾ ਹਾਰ ਹੀ ਹੋਣੀ ਆ। ਕਿ ਲੋਕ ਵੀ ਕਿਤੇ ਨਾ ਕਿਤੇ ਸਮਝਦਾਰ ਹੋ ਰਹੇ ਨੇ ਕਿ ਜਿਨ੍ਹਾਂ ਲੋਕਾਂ ਨੇ ਪਿਛਲੀ ਵਾਰ BJP ਨੂੰ ਧੜਾਧੜ ਵੋਟਾਂ ਪਾਤੀਆਂ, ਹੁਣ ਲੋਕਾਂ 'ਚ ਵੀ ਬਦਲਾਵ ਆ ਰਿਹਾ, ਇਸੇ ਕਰਕੇ 3 ਸੂਬਿਆਂ ਦੇ ਵਿੱਚ ਵੀ ਕਿਤੇ ਜਗ ਉਸ ਵੇਲੇ ਪੋਜੀਸ਼ਨ ਸੀਗੀ, ਉਸ ਵੇਲੇ ਵੀ ਮੈਂ ਇਹੀ ਕਹਾਂਗਾ ਕਿ BJP ਨਹੀਂ ਜਿੱਤੀ, ਕਾਂਗਰਸ ਹਾਰੀ ਸੀ, ਕਿਉਂਕਿ ਕਾਂਗਰਸ ਨੇ ਇੰਨੀ ਜ਼ਿਆਦਾ ਕਰਪਸ਼ਨ ਹੋ ਚੁੱਕੀ ਸੀਗੀ ਕਿ ਉਹਨੂੰ ਬਦਲਣਾ ਚਾਹੁੰਦੇ ਸੀਗੇ, ਅਤੇ ਅਲਟਰਨੇਟਿਵ ਹੋਰ ਕੋਈ ਵੀ ਨਹੀਂ ਸੀਗਾ, BJP ਸੀਗੀ, ਹੁਣ ਉਹੀ ਚੀਜ਼ਾਂ BJP ਨੇ ਕੀਤੀਆਂ, ਹੁਣ ਉਹ BJP ਨੂੰ ਬਦਲ ਦੇਣਗੇ, ਤਾਂ ਜਿਹੜੀ ਵੋਟਰ ਹੈਗਾ ਉਹ ਬਹੁਤ ਸਿਆਣਾ ਹੋ ਚੁੱਕਿਆ ਹੈ, ਤਾਂ ਉਹ ਇਹੀ ਚਾਹੁੰਦਾ ਆ ਕਿ ਕੋਈ ਡਿਵੈਲਪਮੈਂਟ ਹੋਵੇ, ਕੋਈ ਮਤਲਬ ਕਿ ਤਰੱਕੀ ਹੋਵੇ, ਜੇ ਕਿਸੇ ਵੱਡੇ ਨੇ ਕੁਛ ਕੰਮ ਕੀਤਾ ਜਾਂ ਪਿਛਲਿਆਂ ਨੇ ਜੋ ਕੰਮ ਕੀਤਾ ਉਦੋਂ ਬਾਅਦ ਜਿਹੜਾ ਹੈਗਾ ਆ ਉਹ ਅਗਲਿਆਂ ਨੇ ਉਹਦੇ ਉੱਤੇ ਇੰਪਰੂਵਮੈਂਟ ਕਰਨੀ ਆ, ਇਹਨਾਂ ਨੇ ਇੰਪਰੂਵਮੈਂਟ ਨਹੀਂ ਕੀਤੀ। ਇਹਨਾਂ ਨੇ ਕਿਹਾ ਕਿ ਜੇਕਰ ਤਾਂ BJP ਆਪਣੀ ਗਲਤੀਆਂ ਤੋਂ ਸਿੱਖ ਜਾਂਦੀ ਹੈ ਜਿਹੜੀਆਂ ਉਹਨਾਂ ਨੇ ਆਪਣੇ ਪਾਸਟ ਦੇ ਵਿੱਚ ਕੀਤੀਆਂ, ਤਾਂ ਫਿਰ ਜਿਹੜਾ ਮੌਕਾ ਹੈ BJP ਕੋਲ ਕਿ ਇੱਕ ਵਾਰ ਹੋਰ ਜਿਹੜਾ ਹੈ ਉਹ ਸੱਤਾ ਦਾ ਸੁੱਖ ਮਾਣ ਸਕਦੀ ਹੈ। ਪਰ ਜੇਕਰ ਇਸ ਤਰੀਕੇ ਦੇ ਨਾਲ BJP ਆਪਣੀਆਂ ਗਲਤੀਆਂ ਕਰਦੀਆਂ ਰਹੀ ਤਾਂ ਕਾਂਗਰਸ ਉਹਨਾਂ ਦਾ ਫਾਇਦਾ ਚੁੱਕ ਕੇ ਸਮਾਰਟ ਗੇਮ ਖੇਡਦੀ ਰਹੀ, ਤਾਂ ਜੇਕਰ 3 ਸੂਬਿਆਂ 'ਚ ਕਾਂਗਰਸ ਦੀ ਜਿੱਤ ਹੋ ਸਕਦੀ ਹੈ ਤਾਂ 2019 ਦੇ ਵਿੱਚ ਵੀ ਕਾਂਗਰਸ ਦੇ ਲਈ ਜਿੱਤਣਾ ਜਿਹੜਾ ਉਹ ਜ਼ਿਆਦਾ ਮੁਸ਼ਕਲ ਨਹੀਂ ਹੈ। ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਉਹ ਕੀ ਸੋਚਦੇ ਨੇ BJP ਅਤੇ ਕਾਂਗਰਸ ਦੀ ਹਾਰ ਜਿੱਤ ਦੇ ਬਾਰੇ। ਫਿਲਹਾਲ ਰੁਕਦੇ ਹਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਅਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਗੱਲਬਾਤ ਚੱਲ ਰਹੀ ਹੈ ਕਾਂਗਰਸ ਅਤੇ BJP ਦੀ ਜਿੱਤ ਦੀ। ਬੇਸ਼ੱਕ ਕਾਂਗਰਸ ਨੇ 3 ਸੂਬਿਆਂ ਦੇ ਵਿੱਚ ਜਿੱਤ ਹਾਸਲ ਕਰ ਲਈ ਹੈ, ਪਰ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਜਿੱਤ ਨਹੀਂ ਹੈ ਬਲਕਿ BJP ਦੀ ਹਾਰ ਹੈ, ਅਤੇ ਜਿਹਦਾ ਫਾਇਦਾ ਜਿਹੜਾ ਕਾਂਗਰਸ ਨੂੰ ਮਿਲਿਆ ਹੈ। ਤਾਂ ਕੀ ਲੱਗਦਾ ਕਿ ਇਹ ਜਿੱਤ ਬਰਕਰਾਰ 2019 ਦੇ ਵਿੱਚ ਰਹੇਗੀ, ਜਾਂ ਫਿਰ ਸੂਬਿਆਂ ਦੀਆਂ ਪਾਲਿਸੀਆਂ ਅਤੇ ਕੇਂਦਰ ਦੀਆਂ ਪਾਲਿਸੀਆਂ ਵੱਖ ਹੋ ਜਾਣਗੀਆਂ? ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਕੀ ਨਾਮ ਹੈ? SC ਅਗਰਵਾਲ। ਅਗਰਵਾਲ ਜੀ, ਕੀ ਲੱਗਦਾ ਹੈ ਕਿ 3 ਸੂਬਿਆਂ ਦੇ ਵਿੱਚ BJP ਦੀ ਹਾਰ ਦਾ ਅਤੇ ਕਾਂਗਰਸ ਦੀ ਜਿੱਤ ਦਾ ਵੱਡਾ ਕਾਰਨ ਕੀ ਹੈ?
कारण यही है 15 साल हो गया सी इस करके है। बाकी लोग थोड़ा जहाँ क्यों 15 साल बाद आक जाते हैं चेंज चाहते हैं इस करके चेंज हुई है। बाकी बीजेपी जितूगी एम जो मोदी ने आना है 19 राहुल गांधी की जेकर गल की जाए एज अ प्राइम मिनिस्टर कैंडीडेट किस तरह देख लगता मैं मचोर नहीं लगता ना मैं सगो उसकी माँ सोनिया गांधी मचोर लगती है वो नहीं मचोर की नाम है तुहानू की लगता है कि 2019 दे विच राहुल जादू चलेगा नहीं इतना इफेक्ट नहीं है पार्लियामेंट का इलेक्शन और स्टेट के इलेक्शन का भी डिफरेंस होंगी बड़ी पार्लियामेंट इलेक्शन के बीच होर मुद्दे होंगे है और स्टेटा के बीच अपना स्टेट का मुद्दा होंगे ये इफेक्ट जरा है पार्लियामेंट के उपर इलेक्शन के उपर कोई नहीं चलेगा लगता नहीं है कि जेकर सूबे दे विच ही मुद्दों के उपर जो है वह काम करना सरकार शुरू कर दे तो उदू जो हैल्प हो जाती है केंद्र के वोटा नहीं हेल्प तो होंगी है पर नॉट मच ज़्यादा नहीं होंगी हेल्प कोई ज़्यादा हेल्प नहीं होएगी थोड़ी जी 2019 ठीक है इंप्रूव करेगा लेकिन पावर च नहीं आ सकता पावर च मानते हो कि एक बार फिर तो जोड़ा है देश के बीजेपी आएगी हाँ बीजेपी आएगी चाहते कि नहीं मैं कोई ना तो मैं बीजेपी वाल हैगा ना मैं पार्लियामेंट बना कांग्रेस वाल हैगा मैं ये चाहना कि अपने देश की तरक्की हो वो चाहे कांग्रेस करे या चाहे बीजेपी करे मेरे वास्ते कोई डिफरेंस नहीं है। राहुल नु हजे टाइम लगेगा थोड़ा हाँ टाइम लगेगा शुक्रिया सो बिल्कुल ये लोग ने जिन्हें जी वक्त प्रतिक्रिया है कोई कह रहा है कि राहुल गांधी जरा हजे समा लगेगा प्रधानमंत्री के वास्ते जो योग होने के वास्ते तो कोई कह रहा है कि राहुल गांधी जोड़े काफ़ी मच्योर हो गए हैं कि देश में संभाल सकते हैं कि नाम है सुरिंदर सिंह सुरिंदर सिंह जी तीन सूबे जी है कांग्रेस का बनवास भी खत्म हो गया तो की लगता है कि इस जित का कारण तो बीजेपी की जी हार हुई है वह कारण की वह कारण यह है कि जिन्होंने सिर्फ 5 साल मैनीफेस्टो झूठे वादे किए हैं जमीनी हकीकत कुछ भी नहीं जीरो कोई कोई काम नहीं किया उन्होंने उस करके हारे कांग बीजेपी 2019 बिल्कुल थोड़ा समा रह गया सिर पर चोणा आ गई ने की समझ दो जे तो कांग्रेस ने चार तीन सूबे कोई काम करके दिखाया तो कांग्रेस लै जाऊगी जे उन्होंने कोई काम ना किया वह भी चुप फुके वादे करते रहे तो फिर सफाया हो जाऊगा वादे पूरे करन दी तां राहुल गांधी ने यह गल पहले कही सी कि 10 दिनों दे विच कर्जा माफ किया जाएगा भावें 10 दिनों में करे या 2 महीने में करे मसला तो पब्लिक ने देखना भी ये काम कर रहे हैं कि नहीं कर रहे जो काम करके दिखाते हैं पब्लिक को 3 स्टेटा तो दोबारा नैचुरली अगे आएंगे बीजेपी के अपने ही आगुआ ने यह गल कबूली है कि असी सिर्फ नाम बदलन दे विच धर्म की राजनीति च उलझे रह गए इस करके साडी हार हुई है बिल्कुल वो धर्म की राजनीति करते रहे या वो मॉब लिंचिंग है या कोई गौ हत्या रोकने लिए उन्होंने कोई होर काम नहीं किया इस करके उन्होंने हार हुई है पब्लिक उन्होंने निकार रही है देखा कि राम मंदिर ते बाबरी मस्जिद जिहे मुद्दे जिहड़े वोटों वेले सब तो वध भखदे ने पर हल सामने ही आ जिस दिन वोटों की काउंटिंग हो गई रिजल्ट डिकलेयर हो गया हुण राम मंदिर बारे कोई जिक्र नहीं हो रहा कुछ नहीं हो रहा कोरी राजनीति कर रहे होर कुछ नहीं कर रहे ना राम मंदिर बनाना चाहते हैं ना इन्होंने बनाने सिर्फ राजनीति कर रहे गल की जाए राहुल गांधी नूं तुसीं प्रधानमंत्री कैंडीडेट वजो देखदे हो राहुल गांधी नूं एज ए कैंडीडेट प्राइम मिनिस्टर कैंडीडेट नहीं मनिया जा सकता वो रीजनल जिहड़ियां पार्टीज़ ने जिवें अखिलेश यादव है या चंद्रबाबू नायडू है या जिहड़े नैशनल लैवल दे लीडर जिन्होंने काम किए उन्होंने जिहड़े भी मेजोरिटी आणगे वो डिसाइड करनगे बाकी मोदी दा आने दा चांस नहीं है सब तो वड्डा एक कारण की मानदे हो जेकर मोदी सरकार नहीं आउंदी दुबारा उहदा सब तो वड्डा कारण है कि खोखले वाद्यां नाल नहीं काम चलता लोगों को काम करके दिखाना पैंदा लोगों के भले वास्ते कुछ करना पैंदा 5 साल लोगों ने तशद्दुद सही है इस करके हुण वो इहनूं चेंज चाहुंदे इहनूं नकार देणगे शुक्रिया सो बिल्कुल जी लोगों के नाल गलबात की है रलवी मिलवी प्रतिक्रिया जी सामने आई है कुछ लोग जोड़ा कांग्रेस के हक के बोले कुछ बीजेपी के हक के बोले तो कई ने जोड़ा है वो अपनी होर ही जोड़ा प्रतिक्रम दिता है पर जो गल राहुल गांधी की आई है तो राहुल गांधी ਨੂੰ ਪ੍ਰਧਾਨਮੰਤਰੀ ਵਜੋਂ ਜਿਹੜਾ ਉਹ ਬਹੁਤੇ ਲੋਕਾਂ ਨੇ ਜਿਹੜਾ ਹੈ ਉਹ ਤਰਜੀਹ ਨਹੀਂ ਦਿੱਤੀ ਕਿਹਾ ਜਾ ਰਿਹਾ ਕਿ ਬੇਸ਼ੱਕ ਰਾਹੁਲ ਗਾਂਧੀ ਸਿੱਖ ਰਹੇ ਨੇ ਪਰ ਅਜੇ ਤੱਕ ਉਹ ਇੰਨਾ ਸਿੱਖ ਨਹੀਂ ਪਾਏ ਕਿ ਇੱਕ ਦੇਸ਼ ਦੀ ਕਮਾਨ ਜਿਹੜੀ ਹੈ ਉਹ ਸੰਭਾਲ ਸਕਣ ਜਦਕਿ ਕਈਆਂ ਨੇ ਕਿਹਾ ਹੈ ਕਿ ਜਦੋਂ ਮੌਕਾ ਦਿੱਤਾ ਜਾਵੇਗਾ ਉਦੋਂ ਹੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਵੇਗਾ ਅਤੇ ਰਾਹੁਲ ਗਾਂਧੀ ਆਪਣੀ ਜ਼ਿੰਮੇਵਾਰੀ ਹੋਰ ਵੀ ਤਨਦੇਹੀ ਦੇ ਨਾਲ ਨਿਭਾਉਣਗੇ ਸੋ ਫਿਲਹਾਲ ਜੇਕਰ ਗੱਲ ਕੀਤੀ ਜਾਵੇ 3 ਸੂਬਿਆਂ ਦੇ ਵਿੱਚ ਤਾਂ ਕਾਂਗਰਸ ਦੀ ਜਿੱਤ ਹੋ ਗਈ ਹੈ ਪਰ ਇਹ 3 ਸੂਬਿਆਂ ਦੇ ਵਿੱਚ ਕਾਂਗਰਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹੀ ਤੈਅ ਕਰੇਗੀ ਕਿ 2019 ਦੇ ਵਿੱਚ ਕਾਂਗਰਸ ਨੂੰ ਜਿਹੜਾ ਲੋਕ ਅਪਣਾਉਣਗੇ ਜਾਂ ਫਿਰ ਇੱਕ ਵਾਰ ਫਿਰ ਤੋਂ ਜਿਹੜਾ ਹੈ ਉਹ ਮੋਦੀ ਰਾਜ ਹੀ ਆਵੇਗਾ ਇਹਦੇ ਲਈ ਤਾਂ ਜਿਹੜਾ ਹੈ ਉਹ ਜਿੱਥੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਉੱਥੇ ਦੇਖਣ ਦੀ ਲੋੜ ਹੈ ਕਿ ਕਾਂਗਰਸ ਜਿਹੜੇ ਆ ਉਹ ਆਪਣੇ ਵਾਅਦੇ ਪੂਰੇ ਕਰਦੀ ਹੈ
या नहीं। अज के पंजाब बोलदा दे विच इन्ना ही, कल फिर हाजिर होवांगे किसी नवे विषय उपर करांगे गलबात। फिलहाल मैनू यानी अमृत विरदी नूं दिओ इजाजत, सत श्री अकाल।